ਹਾਂਜੀ ਬੱਚੇ, ਅੱਜ ਆਪਾਂ ਤੁਹਾਨੂੰ ਐਟੋਮਿਕ ਮਾਡਲ ਕਿੱਟ ਬਾਰੇ ਦੱਸਾਂਗੇ, ਠੀਕ ਹੈ, ਜਿਹਨੂੰ ਮੋਲੀਕੂਲਰ ਮਾਡਲ ਕਿੱਟ ਕਹਿ ਦਿੰਦੇ ਇਹਨੂੰ ਆਪਾਂ। ਇਹਦੇ ਵਿੱਚ ਦੇਖੋ ਆਹ ਰੰਗ ਬਿਰੰਗੀਆਂ ਗੇਂਦਾਂ ਨਜ਼ਰ ਆ ਰਹੀਆਂ ਤੁਹਾਨੂੰ, ਠੀਕ ਹੈ। ਅਸਲ ਦੇ ਵਿੱਚ ਇਹ ਗੇਂਦਾਂ ਨਹੀਂ ਹੈਗੀਆਂ, ਇਹ ਕੀ ਨੇਗੇ, ਜਿਵੇਂ ਆਪਾਂ ਕਹਿੰਦੇ ਹਾਂ ਵੀ ਕਾਰਬਨ ਹੈ, ਆਹ ਕਾਰਬਨ ਬਣਾਈ ਹੋਈ ਇਹਨਾਂ ਨੇ, ਠੀਕ ਹੈ ਜੀ। ਆਹ ਆਕਸੀਜਨ, ਠੀਕ ਹੈ, ਕਲੋਰੀਨ, ਇਹਨਾਂ ਦੇ ਜਿਹੜੇ ਅੱਡ ਅੱਡ ਰੰਗ ਨੇ ਇਹ ਅੱਡ ਅੱਡ ਤੱਤਾਂ ਨੂੰ ਦਿਖਾਉਂਦੇ ਨੇ, ਠੀਕ ਹੈ। ਆਹ ਰੰਗ ਕਲੋਰੀਨ ਨੂੰ ਦਿਖਾ ਰਿਹਾ ਹੈ, ਇਹ ਆਕਸੀਜਨ ਨੂੰ ਦਿਖਾ ਰਿਹਾ ਹੈ, ਕਾਲਾ ਰੰਗ ਕਾਰਬਨ ਨੂੰ ਦਿਖਾ ਰਿਹਾ, ਠੀਕ ਹੈ। ਤਾਂ ਇਹਦੀ ਸਹਾਇਤਾ ਦੇ ਨਾਲ ਆਪਾਂ ਦੇਖਾਂਗੇ ਵੀ ਜਿਹੜੇ ਅੱਡ ਅੱਡ ਤਰ੍ਹਾਂ ਦੇ ਯੌਗਿਕ ਬਣਦੇ ਨੇ ਉਹ ਕਿਵੇਂ ਬਣਦੇ ਨੇ, ਠੀਕ ਹੈ ਜੀ। ਹੁਣ ਦੇਖੋ ਪਹਿਲਾਂ ਤਾਂ ਜਿਹੜੇ ਇਹਨਾਂ ਦੇ ਰੰਗ ਨੇ, ਜਿਹੜਾ ਤਾਂ ਲਾਲ ਰੰਗ ਹੈ, ਠੀਕ ਹੈ, ਇਹ ਤਾਂ ਦਿਖਾਉਂਦਾ ਆਕਸੀਜਨ ਨੂੰ, ਠੀਕ ਹੈ ਜੀ। ਜਿਹੜਾ ਬਲਿਊ ਕਲਰ ਹੈ, ਬਲਿਊ ਇਹ ਚਾਹੀਦਾ ਆਪਣੇ ਕੋਲ, ਬਲਿਊ ਕਲਰ ਹੁੰਦਾ ਨਾਈਟ੍ਰੋਜਨ ਦਾ, ਠੀਕ ਹੈ। ਜਿਹੜਾ ਹਾਈਡਰੋਜਨ ਹੈ, ਆਹ ਹਾਈਡਰੋਜਨ ਹੈ ਵੀ, ਠੀਕ ਹੈ, ਜਿਹਦੇ ਨਾਲ ਗੱਡੀ ਲੱਗਿਆ ਹਾਈਡਰੋਜਨ ਹੈ। ਹੋਰ ਦਿਖਾ ਦਿੰਦੇ ਤੁਹਾਨੂੰ, ਆਹ ਵੀ ਹਾਈਡਰੋਜਨ ਹੈ ਦੇਖੋ, ਠੀਕ ਹੈ। ਜਿਹੜਾ ਚਿੱਟੇ ਰੰਗ ਦਾ ਹੈਗਾ ਗਾ ਤੇ ਇਹਦੇ ਨਾਲ ਆਹ ਲੱਗਿਆ ਹੋਇਆ ਹੈਗਾ, ਇਹ ਕੀ ਦਿਖਾਉਂਦਾ ਆਪਾਂ ਨੂੰ, ਹਾਈਡਰੋਜਨ, ਠੀਕ ਹੈ ਜੀ। ਇਸ ਤੋਂ ਬਾਅਦ ਸਲਫਰ, ਯੈਲੋ, ਯੈਲੋ ਕਲਰ ਦਾ ਕਿਹੜਾ ਗਾ, ਸਲਫਰ। ਕਾਰਬਨ ਦਾ ਤੁਹਾਨੂੰ ਦੱਸ ਦਿੱਤਾ ਗਾ, ਬਲੈਕ ਕਲਰ ਵਾਲਾ ਕਿਹੜਾ ਗਾ, ਕਾਰਬਨ, ਠੀਕ ਹੈ। ਇਸ ਤੋਂ ਬਾਅਦ ਕਲੋਰੀਨ ਤੁਹਾਨੂੰ ਦੱਸੀ ਹੈਗੀ ਕਿਹੜਾ ਕਲਰ ਹੈ, ਗ੍ਰੀਨ, ਠੀਕ ਹੈ। ਇਸੇ ਤਰ੍ਹਾਂ ਹੀ ਜਿਹੜਾ ਪਰਪਲ ਕਲਰ ਹੈ ਇਹ ਕਿਹਨੂੰ ਪ੍ਰਦਰਸ਼ਿਤ ਕਰਦਾ ਹੈਗਾ, ਫਾਸਫੋਰਸ, ਕਿਹਨੂੰ ਦਿਖਾਉਂਦਾ ਹੈ, ਫਾਸਫੋਰਸ, ਠੀਕ ਹੈ। ਜਿਵੇਂ ਹੁਣ ਆਪਾਂ ਚੈਪਟਰ ਪੜ੍ਹ ਰਹੇ ਹਾਂਗੇ ਕਾਰਬਨ ਅਤੇ ਇਸ ਦੇ ਯੌਗਿਕ, ਵੀ ਕਾਰਬਨ ਇੰਨੇ ਯੌਗਿਕ ਕਿਵੇਂ ਦਿਖਾ ਦਿੰਦਾ, ਕਿਵੇਂ ਬਣਾ ਲੈਂਦਾ ਕਾਰਬਨ ਇੰਨੇ ਯੌਗਿਕ, ਠੀਕ ਹੈ। ਹੁਣ ਦੇਖੋ ਕਾਰਬਨ ਕੀ ਹੈਗਾ, ਕਾਲੇ ਰੰਗ 'ਚ ਕਾਰਬਨ ਹੈ, ਗੇਂਦ ਜਿਹੜੀ ਕਾਲੇ ਰੰਗ ਦੀ ਗੇਂਦ ਹੈ ਕਾਰਬਨ ਹੈ। ਇਹਦੇ ਵਿੱਚ ਤੁਸੀਂ ਦੇਖੋਗੇ ਇਹਦੇ ਵਿੱਚ ਚਾਰ ਗਲੀਆਂ ਨੇ, ਇੱਕ ਆਹ ਦੂਜੀ, ਤੀਜੀ ਅਤੇ ਚੌਥੀ, ਠੀਕ ਹੈ। ਚਾਰ ਗਲੀਆਂ ਨੇ ਕਾਰਬਨ ਦੀ ਜਿਹੜੀ ਗੇਂਦ ਹੈ, ਕਾਲੇ ਰੰਗ ਦੀ ਗੇਂਦ ਹੈ, ਇਹਦੇ ਵਿੱਚ ਚਾਰ ਗਲੀਆਂ ਨੇ। ਇਹ ਚਾਰ ਗਲੀਆਂ ਉਹ ਨੇਗੀਆਂ ਜਿਹੜੀਆਂ ਆਪਾਂ ਕਹਿੰਦੇ ਹਾਂ ਵੀ ਕਾਰਬਨ ਕੋਲ ਆਪਣੇ ਕੋਲ ਸਾਂਝੇ ਕਰਨ ਦੇ ਲਈ ਕਿੰਨੇ ਇਲੈਕਟ੍ਰੋਨ ਨੇ, ਚਾਰ, ਠੀਕ ਹੈ ਜੀ। ਹੁਣ ਦੇਖੋ ਕਾਰਬਨ ਬੰਧਨ ਕਿਵੇਂ ਬਣਾਊਗਾ, ਪਹਿਲਾਂ ਆਪਾਂ ਸਭ ਤੋਂ ਸਰਲ ਹਾਈਡਰੋਕਾਰਬਨ ਬਣਾਉਣੇ ਆ, ਉਹ ਕਿਹੜਾ ਹੁੰਦਾ ਹੈਗਾ, ਮੀਥੇਨ ਕਾਰਬਨ ਹੈ, ਠੀਕ ਹੈ। ਆਹ ਹਾਈਡਰੋਜਨ ਹੈ, ਕਾਰਬਨ ਨੇ ਆਪਣਾ ਇੱਕ ਇਲੈਕਟ੍ਰੋਨ ਹਾਈਡਰੋਜਨ ਦੇ ਨਾਲ ਸਾਂਝਾ ਕਰ ਲਿਆ। ਇਸ ਤਰ੍ਹਾਂ ਆਪਾਂ ਫਿੱਟ ਕਰ ਦੇਣਾ ਇਹਦੇ ਵਿੱਚ, ਕਾਰਬਨ ਨੇ ਆਪਣਾ ਇੱਕ ਇਲੈਕਟ੍ਰੋਨ ਹਾਈਡਰੋਜਨ ਨਾਲ ਸਾਂਝਾ ਕਰ ਲਿਆ, ਠੀਕ ਹੈ। ਦੂਜਾ ਇਲੈਕਟ੍ਰੋਨ ਕਾਰਬਨ ਨੇ ਆਪਣਾ ਦੂਜੀ ਹਾਈਡਰੋਜਨ ਨਾਲ ਸਾਂਝਾ ਕਰ ਲਿਆ, ਠੀਕ ਹੈ। ਤੀਜਾ ਇਲੈਕਟ੍ਰੋਨ ਕਾਰਬਨ ਨੇ ਤੀਜੀ ਹਾਈਡਰੋਜਨ ਨਾਲ ਸਾਂਝਾ ਕਰ ਲਿਆ, ਤਿੰਨ ਸਾਂਝੇ ਹੋ ਗਏ। ਚੌਥਾ ਇਲੈਕਟ੍ਰੋਨ ਕਾਰਬਨ ਨੇ ਚੌਥੀ ਹਾਈਡਰੋਨ ਦੇ ਨਾਲ ਸਾਂਝਾ ਕਰ ਲੈਣਾ, ਲਓ ਜੀ ਆਹ ਬਣ ਗਿਆ ਆਪਣਾ ਮੀਥੇਨ, ਕੀ ਬਣ ਗਿਆ ਇਹ, ਮੀਥੇਨ। ਇਹਨਾਂ ਵਾਲੇ ਪਲਾਸਟਿਕ ਚ ਦਿੱਕਤ ਕਰਕੇ ਕਈ ਵਾਰ ਨਿਕਲ ਜਾਂਦਾ,
ਲਓ ਇਹ ਆਪਣਾ ਮਿਥੇਨ ਬਣ ਗਿਆ, ਸਰਲ ਹਾਈਡਰੋਕਾਰਬਨ ਮਿਥੇਨ। ਹੁਣ ਇਹਦੇ ਵਿੱਚ ਮਿਥੇਨ ਦੇ ਵਿੱਚ ਕਿਹੜਾ ਕਾਲੇ ਰੰਗ ਦਾ ਇਹ ਕੀ ਹੈ ਕਾਰਬਨ, ਚਿੱਟੇ ਰੰਗ ਦਾ ਕੀ ਹੈ ਹਾਈਡਰੋਜਨ। ਕਾਰਬਨ ਦੇ ਨਾਲ ਕਿੰਨੇ ਹਾਈਡਰੋਜਨ ਲੱਗੇ ਹੋਏ ਨੇ? ਚਾਰ। ਇੱਕ, ਦੋ, ਤਿੰਨ, ਚਾਰ। ਠੀਕ ਹੈ, ਇਹ ਆ ਗਈ ਆਪਣੀ ਮਿਥੇਨ ਦੀ ਬਣਤਰ ਬਣ ਗਈ। ਠੀਕ ਹੈ, ਇਹਨੂੰ ਧਰ ਲਓ, ਲਓ ਦੇਖੋ ਆਪੇ। ਠੀਕ ਹੈ ਜੀ, ਆਹ ਦੇਖੋ, ਇਹ ਹੈਗਾ ਆਪਣਾ ਮਿਥੇਨ। ਸੀ ਐਚ ਫੋਰ ਬਣ ਗਿਆ, ਸੀ ਕਾਰਬਨ ਵਿਚਾਲੇ ਪਈ ਹੈ, ਹਾਈਡਰੋਜਨ ਇਹਦੇ ਨਾਲ ਲੱਗੇ ਹੋਏ ਨੇ, ਸੀ ਐਚ ਫੋਰ। ਠੀਕ ਹੈ, ਕੀ ਬਣ ਗਿਆ ਇਹ ਮਿਥੇਨ। ਹੁਣ ਦੇਖ, ਹਾਂਜੀ ਬੱਚੇ, ਇਹਦੇ ਵਿੱਚ ਕਿੰਨੇ ਕਾਰਬਨ ਲਾਏ ਨੇ ਮੈਂ? ਦੋ। ਆਹ ਨਾਲ ਕੀ ਲਾ ਰਿਹਾ? ਹਾਈਡਰੋਜਨ। ਹੁਣ ਤੁਸੀਂ ਦੱਸਣਾ ਵੀ ਇਹ ਬਣਿਆ ਕੀ ਹੈ। ਕੀ ਬਣ ਕੇ ਦੱਸ ਸਕਦਾ ਕੋਈ ਇਹ ਕੀ ਬਣਿਆ? ਦੋ ਕਾਰਬਨ ਨੇ, ਹਾਂਜੀ, ਕਾਰਬਨ ਕਾਰਬਨ ਦੋ ਨੇ, ਕਾਰਬਨ ਚ ਕਹਿਰਾ ਬੰਧਨ ਹੈ, ਹਾਂਜੀ, ਬਾਕੀ ਹਾਈਡਰੋਜਨ ਕਿੰਨੇ ਲੱਗੇ ਨੇ? ਤਿੰਨ। ਕੀ ਬਣ ਗਿਆ ਇਹ? ਦੋ ਕਾਰਬਨ ਵਾਲਾ ਕਿਹੜਾ ਹੁੰਦਾ? ਇੱਥ, ਕਾਰਬਨ ਕਾਰਬਨ ਚ ਕਹਿਰਾ ਬੰਧਨ ਹੈ, ਏਨ। ਇਹ ਕੀ ਬਣ ਗਿਆ ਆਪਣਾ? ਇਥੇਨ। ਇਥੇਨ ਬਣ ਗਈ ਇਹ। ਠੀਕ ਹੈ, ਦੋ ਕਾਰਬਨ ਨੇ, C2H6, ਦੋ ਕਾਰਬਨ ਨੇ, ਹਾਈਡਰੋਜਨ ਕਿੰਨੀਆਂ ਨੇ? ਇੱਕ, ਦੋ, ਤਿੰਨ, ਚਾਰ, ਪੰਜ, ਛੇ। ਇਹ ਆਪਣਾ ਇਥੇਨ ਦਾ ਸਟਰਕਚਰ ਬਣ ਗਿਆ ਬਈ। ਅਤੇ ਇਹ ਕਿਹੜਾ ਸੀਗਾ ਆਪਣਾ? ਇਹਦੇ ਵਿੱਚ ਇੱਕ ਕਾਰਬਨ ਸੀ, ਤਾਂ ਇੱਕ ਕਾਰਬਨ ਵਾਲਾ ਕਿਹੜਾ ਹੁੰਦਾ? ਮਿਥ। ਠੀਕ ਹੈ, ਤਾਂ ਬਾਕੀ ਇਹਦੇ ਨਾਲ ਕੀ ਹੈਗਾ? ਚਾਰ ਹਾਈਡਰੋਜਨ ਲੱਗੇ, ਤਾਂ ਇਹ ਮਿਥੇਨ ਹੈ। ਕਿਹੜੀ ਕੀ ਹੈ ਇਹ? ਮਿਥੇਨ, ਸਭ ਤੋਂ ਸਰਲ ਹਾਈਡਰੋਕਾਰਬਨ ਜਿਹਨੂੰ ਆਪਾਂ ਕਹਿ ਦਿੰਦੇ। ਠੀਕ ਹੈ, ਕਿਆ ਦੇਖੋ, ਵਿਚਾਲੇ ਕਾਰਬਨ ਹੈ ਕਾਲੀ, ਆਲੇ ਦੁਆਲੇ ਕੀ ਲੱਗਿਆ? ਕਲੋਰੀਨ। ਕਿੰਨੀਆਂ ਕਲੋਰੀਨ ਲੱਗੀਆਂ ਨੇ? ਚਾਰ। ਤਿੰਨ ਸਾਈਡ 'ਤੇ ਨੇ ਕੋਪਰ। ਇਹ ਕੀ ਬਣ ਗਿਆ? CCl4। ਕੀ ਬਣ ਗਿਆ? CCl4, ਕਾਰਬਨ ਟੈਟਰਾਕਲੋਰਾਈਡ। ਠੀਕ ਹੈ, ਇਹ ਕਾਰਬਨ ਟੈਟਰਾਕਲੋਰਾਈਡ ਬਣ ਗਿਆ। ਵਿਚਾਲੇ ਦੇਖੋ, ਕਾਰਬਨ ਹੈ, ਹਾਂਜੀ ਵਿਚਾਲੇ ਦੇਖੋ ਕਾਰਬਨ ਹੈਗੀ, ਅਤੇ ਆਸੇ ਪਾਸੇ ਚਾਰ ਕੀ ਨੇ? ਕਲੋਰੀਨ। ਕਾਰਬਨ ਟੈਟਰਾਕਲੋਰਾਈਡ ਦਾ ਸਟਰਕਚਰ ਬਣ ਗਿਆ ਇਹ CCl4। ਠੀਕ ਹੈ।